ਲਗਾਤਾਰ ਪੈ ਰਹੀ ਹੁਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਦੱਸ ਦਈਏ ਕਿ ਬੀਤੇ ਦਿਨਾਂ ਤੋਂ ਲਗਾਤਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਬਰਸਾਤ ਹੋਈ ਹੈ ਅਤੇ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ, ਜਿਸ ਦੇ ਕਾਰਨ ਹੁਣ ਮੌਸਮ ਜੋ ਹੈ ਉਸਨੇ ਕਰਵਟ ਲਈ ਹੈ। ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤਾਪਮਾਨ ਜੋ ਹੈ 5 ਡਿਗਰੀ ਤੱਕ ਹੇਠਾਂ ਚਲਾ ਗਿਆ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ, ਤਾਂ ਮੌਸਮ ਵਿਭਾਗ ਦੇ ਵੱਲੋਂ ਹੈਵੀ ਤੋਂ ਹੈਵੀ ਰੇਨ ਦਾ ਅਲਰਟ ਜੋ ਹੈ ਉਹ ਜਾਰੀ ਕਰ ਦਿੱਤਾ ਗਿਆ 17 ਅਤੇ 18 ਤਰੀਕ ਦਾ, ਅਤੇ ਫਿਰ ਇਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਮੁੜ ਤੋਂ ਕਈ ਥਾਵਾਂ ਦੇ ਉੱਤੇ ਕਾਰਵਾਈਆਂ ਮੀਂਹ ਦੀਆਂ ਹੋ ਸਕਦੀਆਂ ਨੇ। ਤਾਂ ਦੱਸ ਦਈਏ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ 'ਤੇ ਬਰਸਾਤ ਹੋਈ ਹੈ। ਤਾਂ ਇਹ ਤਸਵੀਰਾਂ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਸਾਹਮਣੇ ਆਈਆਂ ਨੇ, ਹਰਿਆਣਾ ਤੋਂ ਸਾਹਮਣੇ ਆਈਆਂ ਨੇ ਅਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵੀ ਅੱਜ ਸਵੇਰ ਤੋਂ ਭਾਰੀ ਬਰਸਾਤ ਹੋਈ ਹੈ ਜੋ ਕਿ ਹਾਲੇ ਤੱਕ ਲਗਾਤਾਰ ਜਾਰੀ ਹੈ। ਤਾਂ ਮੌਸਮ ਜਿੱਤੇ ਸੁਹਾਵਣਾ ਹੋਇਆ ਉੱਤੇ ਹੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਆਈ ਹੈ, ਕਿਉਂਕਿ ਲਗਾਤਾਰ ਬਰਸਾਤ ਨਹੀਂ ਸੀ ਹੋ ਰਹੀ, ਝੋਨਾ ਬੀਜਿਆ ਹੋਇਆ, ਧਰਤੀ ਹੇਠਲਾ ਪਾਣੀ ਕੱਢ ਕੇ ਝੋਨੇ ਨੂੰ ਲਾਉਣਾ ਪੈ ਰਿਹਾ ਸੀ। ਪਰ ਹੁਣ ਬੀਤੇ ਦਿਨਾਂ ਤੋਂ ਜੋ ਲਗਾਤਾਰ ਬਰਸਾਤ ਹੋ ਰਹੀ ਹੈ ਉਸਦੇ ਕਾਰਨ ਝੋਨੇ ਨੂੰ ਵੀ ਪੂਰਾ ਪਾਣੀ ਲੱਗ ਚੁੱਕਾ। ਹਾਲਾਂਕਿ ਕਈ ਥਾਵਾਂ 'ਤੇ ਝੋਨਾ ਲਗਾਇਆ ਜਾ ਰਿਹਾ, ਤਾਂ ਹੁਣ ਉੱਥੇ ਵੀ ਕਾਰਵਾਈ ਜੋ ਹੈ ਝੋਨਾ ਲਾਉਣ ਦੀ ਤੇਜ਼ ਹੋ ਗਈ ਹੈ। ਤਾਂ ਇਹ ਤਸਵੀਰਾਂ ਵੱਖ ਵੱਖ ਸਾਫ਼ ਸਾਬਿਤ ਕਰ ਰਹੀਆਂ ਨੇ ਕਿ ਆਖਿਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਕਈ ਥਾਵਾਂ ਦੇ ਉੱਤੇ ਇਹ ਬਾਰਿਸ਼ ਆਫ਼ਤ ਬਣ ਕੇ ਵੀ ਪਈ ਹੈ। ਤਾਂ ਅੰਬਾਲਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਣੀ ਇਕੱਠਾ ਹੋ ਗਿਆ, ਸਮਾਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਣੀ ਇਕੱਠਾ ਹੋ ਗਿਆ, ਅਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਮੀਂਹ ਪਿਆ ਉੱਥੇ ਬਾਜ਼ਾਰਾਂ ਦੇ ਵਿੱਚ ਪਾਣੀ ਜਮ੍ਹਾਂ ਹੋਇਆ। ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਹੁਣ ਸੁੱਖ ਦਾ ਸਾਹ ਵੀ ਲਿਆ ਗਿਆ, ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਤਾਂ ਅਗਲੇ 2 ਦਿਨ ਤੱਕ ਕਿਹਾ ਜਾ ਰਿਹਾ ਕਿ ਭਾਰੀ ਮੀਂਹ ਦਾ ਅਲਰਟ ਹੈ, ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਲਗਾਤਾਰ ਪੈ ਰਹੀ ਹੁਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਦੱਸ ਦਈਏ ਕਿ ਬੀਤੇ ਦਿਨਾਂ ਤੋਂ ਲਗਾਤਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਬਰਸਾਤ ਹੋਈ ਹੈ ਅਤੇ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ, ਜਿਸ ਦੇ ਕਾਰਨ ਹੁਣ ਮੌਸਮ ਜੋ ਹੈ ਉਸਨੇ ਕਰਵਟ ਲਈ ਹੈ। ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤਾਪਮਾਨ ਜੋ ਹੈ 5 ਡਿਗਰੀ ਤੱਕ ਹੇਠਾਂ ਚਲਾ ਗਿਆ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ, ਤਾਂ ਮੌਸਮ ਵਿਭਾਗ ਦੇ ਵੱਲੋਂ ਹੈਵੀ ਤੋਂ ਹੈਵੀ ਰੇਨ ਦਾ ਅਲਰਟ ਜੋ ਹੈ ਉਹ ਜਾਰੀ ਕਰ ਦਿੱਤਾ ਗਿਆ 17 ਅਤੇ 18 ਤਰੀਕ ਦਾ, ਅਤੇ ਫਿਰ ਇਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਮੁੜ ਤੋਂ ਕਈ ਥਾਵਾਂ ਦੇ ਉੱਤੇ ਕਾਰਵਾਈਆਂ ਮੀਂਹ ਦੀਆਂ ਹੋ ਸਕਦੀਆਂ ਨੇ। ਤਾਂ ਦੱਸ ਦਈਏ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ 'ਤੇ ਬਰਸਾਤ ਹੋਈ ਹੈ। ਤਾਂ ਇਹ ਤਸਵੀਰਾਂ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਸਾਹਮਣੇ ਆਈਆਂ ਨੇ, ਹਰਿਆਣਾ ਤੋਂ ਸਾਹਮਣੇ ਆਈਆਂ ਨੇ ਅਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵੀ ਅੱਜ ਸਵੇਰ ਤੋਂ ਭਾਰੀ ਬਰਸਾਤ ਹੋਈ ਹੈ ਜੋ ਕਿ ਹਾਲੇ ਤੱਕ ਲਗਾਤਾਰ ਜਾਰੀ ਹੈ। ਤਾਂ ਮੌਸਮ ਜਿੱਤੇ ਸੁਹਾਵਣਾ ਹੋਇਆ ਉੱਤੇ ਹੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਆਈ ਹੈ, ਕਿਉਂਕਿ ਲਗਾਤਾਰ ਬਰਸਾਤ ਨਹੀਂ ਸੀ ਹੋ ਰਹੀ, ਝੋਨਾ ਬੀਜਿਆ ਹੋਇਆ, ਧਰਤੀ ਹੇਠਲਾ ਪਾਣੀ ਕੱਢ ਕੇ ਝੋਨੇ ਨੂੰ ਲਾਉਣਾ ਪੈ ਰਿਹਾ ਸੀ। ਪਰ ਹੁਣ ਬੀਤੇ ਦਿਨਾਂ ਤੋਂ ਜੋ ਲਗਾਤਾਰ ਬਰਸਾਤ ਹੋ ਰਹੀ ਹੈ ਉਸਦੇ ਕਾਰਨ ਝੋਨੇ ਨੂੰ ਵੀ ਪੂਰਾ ਪਾਣੀ ਲੱਗ ਚੁੱਕਾ। ਹਾਲਾਂਕਿ ਕਈ ਥਾਵਾਂ 'ਤੇ ਝੋਨਾ ਲਗਾਇਆ ਜਾ ਰਿਹਾ, ਤਾਂ ਹੁਣ ਉੱਥੇ ਵੀ ਕਾਰਵਾਈ ਜੋ ਹੈ ਝੋਨਾ ਲਾਉਣ ਦੀ ਤੇਜ਼ ਹੋ ਗਈ ਹੈ। ਤਾਂ ਇਹ ਤਸਵੀਰਾਂ ਵੱਖ ਵੱਖ ਸਾਫ਼ ਸਾਬਿਤ ਕਰ ਰਹੀਆਂ ਨੇ ਕਿ ਆਖਿਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਕਈ ਥਾਵਾਂ ਦੇ ਉੱਤੇ ਇਹ ਬਾਰਿਸ਼ ਆਫ਼ਤ ਬਣ ਕੇ ਵੀ ਪਈ ਹੈ। ਤਾਂ ਅੰਬਾਲਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਣੀ ਇਕੱਠਾ ਹੋ ਗਿਆ, ਸਮਾਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਣੀ ਇਕੱਠਾ ਹੋ ਗਿਆ, ਅਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਮੀਂਹ ਪਿਆ ਉੱਥੇ ਬਾਜ਼ਾਰਾਂ ਦੇ ਵਿੱਚ ਪਾਣੀ ਜਮ੍ਹਾਂ ਹੋਇਆ। ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਹੁਣ ਸੁੱਖ ਦਾ ਸਾਹ ਵੀ ਲਿਆ ਗਿਆ।
ਉਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਅਗਲੇ 2 ਦਿਨ ਤੱਕ ਕਿਹਾ ਜਾ ਰਿਹਾ ਕਿ ਭਾਰੀ ਮੀਂਹ ਦਾ ਅਲਰਟ ਹੈ। ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।